ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਸਿੰਘ ਸੱਗੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਆਪਣੇ ਯੂਟਿਊਬ ਚੈਨਲ ਦੇ ਵਿੱਚ ਸੋ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਪੰਜਾਬ ਦੇ ਵਿੱਚ ਇਸ ਟਾਈਮ 'ਤੇ ਕਣਕ ਦੀ ਬਿਜਾਈ ਪੂਰੀ ਜ਼ੋਰਾਂ 'ਚ ਚੱਲ ਰਹੀ ਆ ਅਤੇ ਹਰ ਕਿਸਾਨ ਵੀਰ ਜਿਹੜਾ ਆ ਕੋਸ਼ਿਸ਼ ਕਰ ਰਿਹਾ ਕਿ ਟਾਈਮ ਸਿਰ ਦੀ ਕਣਕ ਦੀ ਬਿਜਾਈ ਹੋ ਸਕੇ ਸੋ ਉਸੇ ਦੌੜ ਦੇ ਵਿੱਚ ਅਸੀਂ ਵੀ ਸ਼ਾਮਿਲ ਹੈਗੇ ਹਾਂ ਉਸੇ ਰੇਸ ਵਿੱਚ ਸੋ ਅੱਜ ਆਪਣੀ ਜਿਹੜੀ ਆ ਵਹਾਈ ਕਰਕੇ ਅਸੀਂ ਜਿਹੜੀ ਕਣਕ ਦੀ ਬਿਜਾਈ ਸ਼ੁਰੂ ਕਰ ਦਿੱਤੀ ਆ ਸੋ ਪਹਿਲਾਂ ਅਸੀਂ ਤਵੀਆਂ ਦੇ ਨਾਲ ਜਿਹੜਾ ਇਹਨੂੰ ਖੇਤ ਨੂੰ ਤਿਆਰ ਕੀਤਾ ਉਸ ਤੋਂ ਬਾਅਦ ਜਿਹੜਾ ਅਸੀਂ ਵਿਦ ਹੈਲਪ ਆਫ ਸੁਪਰ ਸੀਡਰ ਅਸੀਂ ਕਣਕ ਦੀ ਬਿਜਾਈ ਸ਼ੁਰੂ ਕਰ ਦਿੱਤੀ ਹੈ ਸੋ ਇਸ ਵਾਰ ਕਿਹੜੀ ਕਿਹੜੀ ਵਰਾਈਟੀ ਅਸੀਂ ਬੀਜਣ ਜਾ ਰਹੇ ਹਾਂ ਤੁਹਾਨੂੰ ਉਹਦੇ ਬਾਰੇ ਵੀ ਜ਼ਰੂਰ ਦੱਸਾਂਗੇ ਆਪਾਂ ਸੋ ਇਸ ਤੋਂ ਪਹਿਲਾਂ ਕਿ ਤੁਹਾਨੂੰ ਮੈਂ ਪੂਰੀ ਡਿਟੇਲ ਦੱਸਾਂ ਮੇਰੀ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਇਸ ਪੇਜ ਨੂੰ ਲਾਈਕ ਜ਼ਰੂਰ ਕਰਿਓ ਔਰ ਵੱਧ ਤੋਂ ਵੱਧ ਸ਼ੇਅਰ ਕਰਿਓ ਇਹਨੂੰ ਔਰ ਇਸ ਵਾਰ ਅਸੀਂ ਜਿਹੜਾ ਆ ਦੋ ਕਿਸਮਾਂ ਜਿਹੜੀਆਂ ਆ ਰਲੇਵਾਂ ਕਰਕੇ ਬੀਜਣ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਇਹ 'ਚ ਵਰਾਇਟੀ ਹੈ ਜੀ ਇੱਕ 303 ਅਤੇ ਦੂਜੀ ਹੈ ਜੀ DBW 187 ਸੋ ਇਹ ਦੋਨਾਂ ਕਣਕਾਂ ਦਾ ਜਿਹੜਾ ਅਸੀਂ ਬੀਜ ਜਿਹੜਾ ਅਲੱਗ ਅਲੱਗ ਮਾਤਰਾ ਦੇ ਵਿੱਚ ਅਸੀਂ ਇਕੱਠਾ ਕਰਕੇ ਜਿਹੜਾ ਇਹਦੀ ਕੋਸ਼ਿਸ਼ ਕੀਤੀ ਬਿਜਾਈ ਕਰਨ ਦੀ ਸੋ ਪਿੱਛੇ ਜਿਹੜਾ ਆਪਣਾ ਬੰਦਾ ਸਾਡਾ ਸੀਰੀ ਜਿਹੜਾ ਆ ਉਹ ਢੇਰ ਲੈ ਕੇ ਜਾ ਰਿਹਾ ਇਹਦੇ 'ਚ ਹੈਗਾ ਜੀ ਸਾਡੇ ਕੋਲ ਵਰਮੀ ਕੰਪੋਸਟ ਜਿਹਨੂੰ ਗੰਡੋਇਆਂ ਵਾਲੀ ਖਾਦ ਕਹਿੰਦੇ ਆ ਸੋ ਇਹਦਾ ਇਸਤੇਮਾਲ ਕਰਨ ਜਾ ਰਿਹਾ ਸੋ ਥੋੜ੍ਹਾ ਲੇਟ ਹੋ ਗਿਆ ਪਹਿਲਾਂ ਛਿੜਕਾਅ ਸੀ ਪਹਿਲਾਂ ਕਰਨਾ ਸੀਗਾ ਪਰ ਚਲੋ ਹੁਣ ਜਿਹੜਾ ਉਹ ਬਾਅਦ 'ਚੋਂ ਉਹਦਾ ਢੇਰ ਜਿਹੜਾ ਛੱਟਾ ਖਿਲਾਰ ਦੇਗਾ ਸੋ ਇਹ 'ਚ ਵਰਾਇਟੀ 303 ਅਤੇ DBW 187 ਦੋਨਾਂ ਨੂੰ ਇਕੱਠਾ ਕਰਕੇ ਆਪਾਂ ਉਹਦਾ ਸੁਪਰ ਸੀਡਰ 'ਚ ਪਾਤਾ ਅਤੇ ਉਹ ਹੁਣ ਬਿਜਾਈ ਸ਼ੁਰੂ ਕਰ ਦਿੱਤੀ ਹੈ ਅਤੇ ਦੂਜੇ ਪਾਸੇ ਜਿਹੜੀ ਹੈਗੀ ਆ ਉਹ ਹੈਗੀ ਆਪਾਂ ਜਿਹੜੀ ਬਿਜਾਈ ਹਾਲੇ ਥੋੜ੍ਹੇ ਦੋ ਦਿਨ ਬਾਅਦ ਕਰਨੀ ਆ ਉਹਦੀ ਵਰਾਇਟੀ ਆਉਂਦੀ ਜੀ ਆਪਣੀ ਬੰਸੀ ਕਣਕ ਦੀ ਜਿਹੜੀ ਕਿ 100% ਜਿਹੜੀ ਔਰਗੈਨਿਕ ਆ ਔਰ ਉਹਦੇ ਵਿੱਚ ਵੀ ਅਸੀਂ ਜਿਹੜੇ ਵਰਮੀ ਕੰਪੋਸਟ ਖਾਦ ਜਿਹੜੀ ਉਹਦਾ ਇਸਤੇਮਾਲ ਕਰਾਂਗੇ ਉਹਦੇ 'ਚ ਢੇਰ ਦੀ ਮਾਤਰਾ ਜਿਹੜੀ ਆ 1.5 ਕਿੱਲੇ ਵਿੱਚ ਅਸੀਂ ਤਕਰੀਬਨ ਕੋਸ਼ਿਸ਼ ਕਰਾਂਗੇ 5 ਤੋਂ 6 ਬੋਰੇ ਜਿਹੜੇ ਆ 50 ਕਿਲੋ ਦੇ ਉਹ ਹੀ ਉਹ ਪਾਈਏ ਸੋ ਹੁਣ ਚੈੱਕ ਕਰਨ ਜਾ ਰਿਹਾ ਕਿ ਦਾਣਾ ਪ੍ਰੋਪਰ ਗਿਰਿਆ ਕਿ ਨਹੀਂ ਗਿਰਿਆ ਸੋ ਠੀਕ ਆ ਜੀ ਮਿਲਦੇ ਹਾਂ ਨੈਕਸਟ ਵੀਡੀਓ 'ਚ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਇਸ ਮੇਰੇ ਚੈਨਲ ਨੂੰ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਥੈਂਕ ਯੂ ਸੋ ਮੱਚ